ਆ ਸਾਰੀਆਂ ਸ਼ਿਕਾਰਾਂ ਲੱਗੀਆਂ ਹੋਈਆਂ ਨੇ, ਸ਼ਿਕਾਰਾ ਰਾਈਡਸ, ਆਪਾਂ ਵੀ ਇਹਦੇ ਵਿੱਚ ਹੀ ਜਾਣਾ ਹੁਣ। ਬਾਈ ਬੰਦਾ ਬੜੀ ਮੁਸ਼ਕਿਲ ਨਾਲ ਮਨਾਇਆ ਸੀ ਸ਼ਿਕਾਰਾ ਰਾਈਡ ਤੇ ਬੈਠਣ ਲੱਗੇ ਹੁਣ ਆਪਾਂ। ਬਾਈ ਆਪਕਾ ਨਾਮ ਕਿਆ ਹੈ? ਬਸ਼ੀਰ ਅਹਿਮਦ। ਮੇਰਾ ਹੀ ਪੁੱਛਿਆ। ਓਕੇ ਚਲੋ ਹੁਣ ਤੁਸੀਂ ਬੈਠੋ, ਠੀਕ ਹੈ। ਇਹ ਆ ਗਈ ਜੀ ਬਾਥਿੰਗ ਬੋਟ ਐਂਡ ਵਾਟਰ ਸਪੋਰਟਸ, ਇੱਥੇ ਐਕਟੀਵਿਟੀਜ਼ ਕਰਾਉਂਦੇ ਨੇ ਅਲੱਗ ਅਲੱਗ। ਇਹ ਦੇਖ ਲਓ ਲੇਕ ਦੇ ਵਿੱਚ ਹੀ ਸਾਰਾ ਕੁਛ ਕੀਤਾ ਹੋਇਆ ਇੰਤਜ਼ਾਮ ਇਹਨਾਂ ਨੇ। ਭਈਆ ਹਾਊਸ ਬੋਟਸ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਪਾਣੀ ਦੇ ਵਿੱਚ। ਇਹ ਵੀ ਫਲੋਟਿੰਗ ਲੈਂਡਸ ਹੈ ਸਾਰੇ। ਲੈ ਵੀ ਆਪਾਂ ਵੀ ਫਰੰਟ ਸੀਟ ਤੇ ਆ ਕੇ ਬਹਿ ਗਏ ਹੁਣ ਬੋਟ ਦੀ। ਉਹਨਾਂ ਨੇ ਆਰਾ ਫਿਰ ਆਓ ਪੂਰਾ ਹੱਥ ਛੱਡੀ ਸਿਰੇ ਤੇ ਬੈਠੇ ਹੁਣ ਜਾਵਾਂ ਬੋਟ ਤੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਨਵੇਂ ਦਿਨ ਅਤੇ ਨਵੀਂ ਵੀਡੀਓ ਦੇ ਵਿੱਚ। ਅੱਜ ਦਾ ਵਲੋਗ ਆਪਾਂ ਸਟਾਰਟ ਕਰ ਰਹੇ ਹਾਂ ਉਹੀ ਸੋਹਣੇ ਜਿਹੇ ਘਰ ਸ਼੍ਰੀਨਗਰ ਦੇ ਸੋਹਣੇ ਜਿਹੇ ਘਰ ਤੋਂ। ਅਤੇ ਕੱਲ੍ਹ ਆਪਾਂ ਘੁੰਮ ਕੇ ਆਏ ਸੀ ਸੋਨਮਾਰਗ। ਜਿਹਨੇ ਲਾਸਟ ਵਲੋਗ ਨਹੀਂ ਦੇਖਿਆ ਸਭ ਤੋਂ ਪਹਿਲਾਂ ਲਾਸਟ ਵਲੋਗ ਦੇਖ ਲਓ ਅਤੇ ਸੋਨਮਾਰਗ ਵਾਲਾ ਵਲੋਗ ਇੰਜੋਏ ਕਰੋ। ਅਤੇ ਅੱਜ ਦਾ ਪਲਾਨ ਸਾਡਾ ਕੁਛ ਇੱਦਾਂ ਦਾ ਵਾ ਕਿ ਅਸੀਂ ਅੱਜ ਜਾਣਾ ਵਾ ਸਭ ਤੋਂ ਪਹਿਲਾਂ ਡੱਲ ਲੇਕ। ਇੱਥੋਂ ਸਾਡੇ ਘਰ ਤੋਂ 4-5 ਕਿਲੋਮੀਟਰ 'ਤੇ ਡੱਲ ਲੇਕ ਹੈਗੀ ਆ, ਉੱਥੇ ਇੱਕ ਬੋਟ ਰਾਈਡ ਹੁੰਦੀ ਆ ਜਿਹਨੂੰ ਸ਼ਿਕਾਰਾ ਰਾਈਡ ਕਹਿੰਦੇ ਆ, ਉਹ ਕਰਾਂਗੇ ਅੱਜ ਆਪਾਂ। ਅਤੇ ਯਾਰ ਪ੍ਰੋਪਰਟੀ ਇੰਨੀ ਸੋਹਣੀ ਆ, ਇੱਥੇ ਤਾਂ ਦਿਲ ਹੀ ਆ ਗਿਆ। ਇੱਥੇ ਵੀ ਇੱਕ ਘਰ ਹੋਣਾ ਚਾਹੀਦਾ ਕਸ਼ਮੀਰ ਸ਼੍ਰੀਨਗਰ ਦੇ ਵਿੱਚ। ਇੰਨੇ ਸੋਹਣੇ ਸੋਹਣੇ ਘਰ ਇੱਥੇ, ਇੰਨੀ ਸੋਹਣੀ ਸੋਹਣੀ ਜਗ੍ਹਾ, ਇੰਨਾ ਸੋਹਣਾ ਵੈਦਰ ਇੱਥੇ, ਜੀ ਕਰਦਾ ਇੱਥੋਂ ਜਾਈਏ ਨਾ, ਦਿਲ ਤਾਂ ਇੱਥੇ ਪੂਰਾ ਲੱਗ ਗਿਆ। ਅਤੇ ਹੁਣ ਆਪਾਂ ਕਰਦੇ ਹਾਂ ਬ੍ਰੇਕਫਾਸਟ। ਆਪਾਂ ਆਪਣਾ ਸਾਰਾ ਸਮਾਨ ਲਿਆਉਂਦਾ ਸੀਗਾ ਬ੍ਰੇਕਫਾਸਟ ਵਾਲਾ, ਆਪਣੀ ਕਿਚਨ 'ਚ ਬਣਾਉਂਦੇ ਹਾਂ ਆਪਾਂ ਬ੍ਰੈਡ ਓਮਲੇਟ ਵਗੈਰਾ ਅਤੇ ਨਾਲ। ਅਤੇ ਵੀਡੀਓ ਸਕਿੱਪ ਨਾ ਕਰਿਓ, ਸਾਰੀ ਦੇਖੀ ਜਾਇਓ ਐਂਡ ਤੱਕ। ਅਤੇ ਸਭ ਤੋਂ ਪਹਿਲਾਂ ਹੁਣ ਆਪਾਂ ਬਣਾਉਂਦੇ ਹਾਂ ਬ੍ਰੇਕਫਾਸਟ ਅੰਦਰ ਚੱਲ ਕੇ। ਅਤੇ ਇਹ ਘਰ ਦੇ ਵਿੱਚ ਨਾ ਵਿੱਚ ਹੀ ਇਹਨਾਂ ਨੇ ਬਾਗ ਲਾਏ ਹੋਏ ਨੇ, ਜਿਵੇਂ ਸਿਓ ਦੇ ਬੂਟੇ ਲਾਏ ਹੋਏ ਨੇ, ਅਖਰੋਟ ਦੇ ਬੂਟੇ ਲਾਏ ਹੋਏ ਨੇ, ਪਿੱਛੇ ਬੈਕ ਸਾਈਡ 'ਤੇ ਸਾਰੇ ਵਧੀਆ ਵਧੀਆ ਫਰੂਟ ਵਾਲੇ ਬੂਟੇ ਲਾਏ ਹੋਏ ਨੇ। ਅਤੇ ਕਾਫੀ ਵੱਡਾ ਘਰ ਆ ਪਿੱਛੇ ਤੱਕ ਜਾ ਕੇ, ਉਹ ਸਿਰੇ ਤੱਕ ਜਿੱਥੇ ਕੰਧ ਆ। ਹਾਂ ਦੇਖੋ ਬਾਈ ਇਹਨਾਂ ਨੇ ਘਰੇ ਲਸਣ ਵਗੈਰਾ ਬੀਜਿਆ ਹੋਇਆ ਵਾ, ਸਾਰੇ ਬੂਟੇ ਬੱਟ ਲਾਏ ਹੋਏ ਨੇ। ਇਹ ਸਰ੍ਹੋਂ ਦੇ ਫੁੱਲ, ਅਤੇ ਪਿੱਛੇ ਆ ਬਾਗ ਬਣਾਇਆ ਹੋਇਆ ਇਹਨਾਂ ਦਾ ਆਪਦਾ। ਆ ਸਾਰੇ ਫਰੂਟ ਵਾਲੇ ਹੀ, ਮਤਲਬ ਕੋਈ ਨਾ ਕੋਈ ਫਰੂਟ ਹੈਗਾ ਇਹਨਾਂ ਦੇ ਵਿੱਚੋਂ। ਹੁਣ ਮੈਨੂੰ ਐਗਜ਼ੈਕਟ ਨਹੀਂ ਪਤਾ ਇਹ ਕਾਹਦੇ ਬੂਟੇ ਨੇ, ਅੰਕਲ ਦੱਸ ਰਹੇ ਸੀਗੇ ਵੀ ਸਿਓ ਅਤੇ ਅਖਰੋਟ ਦੇ ਬੂਟੇ ਲੱਗੇ ਹੋਏ ਨੇ ਇੱਥੇ। ਪ੍ਰੋਪਰਟੀ ਬਹੁਤ ਸੋਹਣੀ ਹੈ ਯਾਰ। ਅਤੇ ਬਾਕੀ ਹੁਣ ਆਪਾਂ ਆਪਣਾ ਬ੍ਰੇਕਫਾਸਟ ਰੈਡੀ ਕਰਦੇ ਹਾਂ। ਇਹ ਆਪਣੀ ਕਿਚਨ ਆ, ਪਹਿਲਾਂ ਵੀ ਦਿਖਾਈ ਸੀ ਮੈਂ। ਇਹ ਵੀ ਆਹ ਮੁੰਡਾ ਹੀ ਆਪਣਾ ਭਾਂਡੇ ਧੋ ਰਿਹਾ, ਇਹ ਭਾਂਡੇ ਸਫਾਈ 'ਤੇ ਰੱਖਿਆ ਹੋਇਆ ਘਰ ਆ ਦੇ। ਮੈਂ ਸਾਰਾ ਬ੍ਰੇਕਫਾਸਟ ਰੈਡੀ ਕਰਨਾ ਹੁਣ, ਚਾਹ ਬਣਾ ਦੀ, ਆਪਾਂ ਬ੍ਰੇਕਫਾਸਟ ਬਣਾਉਣ ਲੱਗੇ ਹਾਂ। ਫਿਰ ਮੈਂ ਬ੍ਰੇਕਫਾਸਟ ਬਣਾ ਰਿਹਾ। ਲਓ ਜੀ ਚਾਹ ਬਣਾ ਦੀ, ਬ੍ਰੇਕਫਾਸਟ ਆਪਾਂ ਰੈਡੀ ਕਰਨ ਲੱਗੇ, ਸਮਾਨ ਵਗੈਰਾ ਕੱਟ ਲਿਆ ਸਾਰਾ ਕੁਛ, ਇਹ ਸ਼ੈਫ ਜਗਰੋਹ ਸਿੰਘ ਦੀ ਮਿਹਰਬਾਨੀ ਹੈ। ਲਓ ਜੀ ਸਾਰਾ ਸਮਾਨ ਵਗੈਰਾ ਆਪਾਂ ਆਪਣੀ ਗੱਡੀ ਦੇ ਵਿੱਚ ਰੱਖ ਲਿਆ, ਅਤੇ ਇਸ ਘਰ ਨੂੰ ਹੁਣ ਆਪਾਂ ਕਹਿਣੀ ਆ ਬਾਏ ਬਾਏ, ਅਤੇ ਆਪਾਂ ਜਾ ਰਹੇ ਹਾਂ ਅਗਲੇ ਸਫ਼ਰ 'ਤੇ। ਲਓ ਜੀ ਫਾਈਨਲ ਬਾਏ ਬਾਏ ਕਹਿਣ ਦਾ ਟਾਈਮ ਆ ਗਿਆ ਘਰ ਨੂੰ। ਕਿਵੇਂ ਰਿਹਾ ਸਫ਼ਰ ਇੱਥੇ? ਫਿਰ ਵਧੀਆ ਸਾਥ ਦਿੱਤਾ ਨਾ ਘਰ ਨੇ ਪੂਰਾ, 2 ਦਿਨ ਆਪਾਂ ਪੂਰੇ ਇੱਥੇ ਵਧੀਆ ਰਹੇ। ਅਤੇ ਹੁਣ ਚੱਲਦੇ ਹਾਂ ਆਪਾਂ ਅਗਲੇ ਸਫ਼ਰ 'ਤੇ। ਕਿਹੜੀ ਰਾਈਡ ਆ? ਆਪਾਂ ਹੁਣ ਡੱਲ ਲੇਕ ਜਾਣਾ ਸ਼ਿਕਾਰਾ ਰਾਈਡ ਕਰਨ, ਅਤੇ ਉਸ ਤੋਂ ਬਾਅਦ ਜਾਵਾਂਗੇ ਪਹਿਲਗਾਮ। ਲਓ ਜੀ ਬਾਏ ਬਾਏ। ਅਤੇ ਮੁੜ ਕੇ ਪਤਾ ਨਹੀਂ ਬਾਈ ਇਹ ਘਰ 'ਚ ਕਦੋਂ ਆਊਗਾ, ਪਤਾ ਨਹੀਂ ਆ ਵੀ ਹੋਊਗਾ ਕਿ ਨਹੀਂ ਆਊ। ਅਤੇ ਬਸ ਬਾਏ ਬਾਏ ਕਹਿਣੀ ਔਖੀ ਹੈ ਇੱਥੋਂ। ਆਹ ਸਾਰਾ ਰਸਤਾ ਜਾ ਰਿਹਾ ਡੱਲ ਲੇਕ ਵੱਲ ਨੂੰ, ਇੱਧਰ ਨੂੰ ਆਪਾਂ ਮੁੜ ਜਾਣਾ ਹੁਣ।
बोटिंग गया सर है हमारा शिकारा होता है शिकारा राइड हां घुमाने का कितने रुपए कितने चार्ज है पूरा कितना सवारी आप लोग चार सवारी चार है चलो कितने रुपए कौन सा वाला बड़ा साइड से करेगा छोटा वाला हम चार जाने किस किस में आ जाएंगे बोट में हां बोट में बोट है ना बड़ा बोट है ना हमारा हां वो है ना चलो पूरा रोड करेगा पूरा बताओ प्राइस बताओ चार्ज कौन सा वाला 6 पॉइंट वाला हो गए ਇਹ ਬੜੀ ਛੋਟੀ ਕਿਹੜੀ ਹੈ ਨਾ ਜੀ ਭਾਈ ਇੱਥੇ ਸ਼ਿਕਾਰਾ ਰਾਈਡ ਕਰਾਉਣ ਲਈ ਨਾ ਜਗ੍ਹਾ ਜਗ੍ਹਾ ਹੱਥ ਫੜੀ ਜਾਂਦੇ ਨੇ ਲੋਕ ਵੀ ਸਾਡੇ ਕੋਲੇ ਲੋ ਇਹ ਤਾਂ ਬਾਹ ਫੜ ਕੇ ਬਾਹਰ ਹੀ ਕੱਢ ਲਿਆ ਸੀ ਹੋਰ ਧੱਕੇ ਨਾਲ ਕਹਿੰਦੇ ਸਾਡੇ ਕੋਲੇ ਕਰੋ ਰਾਈਡ ਪਰ ਸਾਡੀ ਬੁਕਿੰਗ ਹੈਗੀ ਹੈ ਪਹਿਲਾਂ ਹੀ ਆਪਾਂ ਆਪਣੇ ਬੰਦੇ ਕੋਲੇ ਜਾਵਾਂਗੇ ਹੁਣ ਇਹ 100-100 ਰੁਪਏ ਆਵਾਜ਼ਾਂ ਮਾਰਦੇ ਨੇ ਆਹ ਬਾਈ ਡੱਲ ਲੇਕ ਅਤੇ ਆਪਾਂ ਜਾਣਾ 17 ਨੰਬਰ ਘਾਟ 'ਤੇ ਇਹ ਹੈਗਾ 18 ਨੰਬਰ ਕਿਉਂਕਿ ਸਾਡੀ ਬੁਕਿੰਗ ਹੈਗੀ ਹੈ 17 ਨੰਬਰ ਘਾਟ ਦੇ ਉੱਤੇ ਇੱਥੋਂ ਹੁਣ ਆਪਾਂ ਸ਼ਿਕਾਰਾ ਰਾਈਡ ਕਰਾਂਗੇ ਆਹ ਸਾਰੀਆਂ ਸ਼ਿਕਾਰਾਂ ਲੱਗੀਆਂ ਹੋਈਆਂ ਨੇ ਸ਼ਿਕਾਰਾ ਰਾਈਡਸ ਆਪਾਂ ਵੀ ਇਹਦੇ ਵਿੱਚ ਹੀ ਜਾਣਾ ਹੁਣ ਬਾਈ ਬੰਦਾ ਬੜੀ ਮੁਸ਼ਕਿਲ ਨਾਲ ਮਨਾਇਆ ਸੀ ਸ਼ਿਕਾਰਾ ਰਾਈਡ ਤੇ ਬੈਠਣ ਲੱਗੇ ਹੁਣ ਆਪਾਂ ਬਾਈ ਆਪਕਾ ਨਾਮ ਕਿਆ ਹੈ ਬਸ਼ੀਰ ਅਹਿਮਦ ਬਸ਼ੀਰ ਅਹਿਮਦ ਮੇਰੇ ਪੁੱਛ ਓਕੇ ਚਲੋ ਹੁਣ ਤੁਸੀਂ ਬੈਠੋ ਲਓ ਜੀ ਸ਼ਿਕਾਰਾ ਰਾਈਡ ਸ਼ੁਰੂ ਹੋਣ ਲੱਗੀ ਆਪਣੀ ਹੁਣ ਉਹ ਚਲੋ ਉਹ ਮੈਂ ਵੀ ਆਉਣਾ ਹਿੱਲਦੀ ਹੈ ਤਾਂ ਗਗਨ ਚੱਲ ਲੱਗੇ ਪਾਣੀ ਚ ਖੜਿਆ ਹੁਣ ਦੋ ਇੱਧਰ ਆਹੋ ਦੋ ਇੱਕ ਪਾਸੇ ਨਾ ਬਹਿ ਜਾਓ ਪਲਟ ਨੂੰ ਖੜੇ ਹੋ ਉੱਥੇ 7 ਵਜੇ ਲਓ ਜੀ ਸ਼ਿਕਾਰਾ ਰਾਈਡ ਸ਼ੁਰੂ ਹੋ ਗਈ ਆਪਣੀ ਉਹ ਸ਼ਿਕਾਰਾ ਹੀ ਕਹਿੰਦੇ ਨੇ ਇਹਨੂੰ ਸ਼ਿਕਾਰਾ ਰਾਈਡ ਸ਼ਿਕਾਰਾ ਦਾ ਕਹਿੰਦੇ ਡਰ ਲੱਗਦਾ ਉਹ ਹਿੱਲਦੀ ਆ ਬਣਾਈ ਬਾਈ ਇਧਰੋਂ ਐਵੇਂ ਵੀ ਹਿੱਲਦੀ ਆ ਡਰ ਲੱਗਦਾ ਓਏ ਡਰ ਤਾਂ ਬਹੁਤ ਲੱਗਦਾ ਐਵੇਂ ਝੁੱਲਦੀ ਆ ਇਹ ਆਹੋ ਪਾਣੀ ਜਮੇ ਨੇੜੀ ਆ ਲੋ ਪਾਣੀ ਆ ਦੇ ਲੈ ਉਹ ਵਿੱਚ ਹੱਥ ਪਾ ਉਹਦੇ ਕਿਉਂ ਹੱਥ ਨਾ ਪਾ ਵਿੱਚ ਮੱਛੀ ਮੁੱਛੀ ਆ ਗਈ ਹੱਥ ਪਾ ਦੂੰਗੀ ਉਹ ਦੇਖੀ ਇਧਰ ਨੂੰ ਹੋ ਗਈ ਓਏ ਉਹ ਇਧਰ ਹੋ ਗਈ ਪਾਣੀ ਇਧਰ ਨੂੰ ਰਹਿ ਵਿੱਚੇ ਫਰੂਟ ਮਾਰਕੀਟ ਆ ਉਹ ਬਾਈ ਫਰੂਟ ਵਾਲੇ ਆ ਗਿਆ ਹੁਣ ਸਾਨੂੰ ਫਰੂਟ ਵਗੈਰਾ ਦਊਗਾ ਚਾਟ ਬਣਾ ਕੇ ਵਿੱਚੇ ਸਬਜ਼ੀ ਮੰਡੀ ਲੱਗੀ ਹੋਈ ਹੈ ਸਾਰੀ ਇੱਥੇ ਬਾਈ ਪੂਰੀ ਫਰੂਟ ਮਾਰਕੀਟ ਲੈ ਕੇ ਆਏ ਹੋ ਬਣਾਏਗੇ ਇੱਕ ਪਲੇਟ ਕੀ ਰੇਟ ਹੈ ਕਿਆ ਪ੍ਰਾਈਸ ਹੈ ਇਸਕਾ ਜਿਆਦਾ ਨਹੀਂ 2 ਲੱਖ ਕਾ ਪਲੇਟ 2 ਲੱਖ ਕਾ ਓ ਮਾਈ ਗॉड ਇਹ ਤਾਂ ਸ਼ਿਕਾਰਾ ਸੇ ਵੀ ਮਹਿੰਗਾ ਹੋ ਗਿਆ ਯਾਰ ਮੈਨੇ ਬੰਦੇ ਕੋ ਦੇਖਾ YouTube ਹਾਂ YouTube ਤੇ ਦੇਖਾ ਹੈ ਮੈਂ ਅਭੀ ਭੁੱਖ ਨਹੀਂ ਹੈ ਰੁਕ ਜਾਓ ਇੱਕ ਪਲੇਟ ਮੇ ਸਭ ਕੋਈ ਬਾਤ ਨਹੀਂ ਇਹ ਬਈ ਆਪਣੀ 1.5 ਘੰਟੇ ਦੀ ਰਾਈਡ ਆ ਪਰ ਪਰਸਨ ਕਿੰਨਾ ਲਿਆ ਇਹਨਾਂ ਨੇ ਪਰ ਪਰਸਨ ਚਾਰਜ ਅਸਰ ਮਨਾਇਆ ਪਹਿਲਾਂ 500 ਕਰੇ 300 ਦੇ ਲੈਂਦੇ ਹੁਣ ਆਪਾਂ ਇਹ ਪਰ ਪਰਸਨ 300 ਚ ਕੀਤੇ ਆ ਤੇ 200 ਵਾਲੇ ਬੰਦੇ ਵੀ ਸੀਗੇ ਪਰ ਉਹ ਇੱਥੇ ਨੇੜੇ ਜੇ ਗੇੜਾ ਘੜਾਉਂਦੇ ਨੇ ਆਪਾਂ ਪੂਰਾ ਇੱਥੋਂ ਗੇੜਾ ਕੱਢ ਕੇ ਆਵਾਂਗੇ ਸਾਰਾ ਆਪਣੇ ਕੋਲ ਟਾਈਮ ਨਹੀਂ ਹੈਗਾ ਨਾ ਥੋੜੀ ਵਾਰੀ ਉੱਥੇ ਕੰਮ ਲੈ ਲਈ ਆਪਾਂ ਹੋਰ ਵੀ ਲਿਆਉਣਾ ਸੀਗਾ ਨਹੀਂ ਘਰ ਵਾਲੇ ਉੱਥੇ ਬਲਨ ਸੋਚੀ ਕੀ ਆ ਬਾਈ ਸਾਨੂੰ ਗਹਿਣੇ ਵੇਚਣ ਆ ਗਿਆ ਉਹ ਕਹਿੰਦਾ ਘਰ ਵਾਲੀਆਂ ਲਈ ਲੈ ਲਓ ਸਾਡੇ ਤਾਂ ਵਿਆਹ ਹੀ ਨਹੀਂ ਹੋਇਆ
ਵੀਡੀਓ ਬਣਾ ਕੇ ਰੱਖ ਉਹ ਟਕਰਾ ਗਈ ਉਹ ਬੱਜੀ ਵਿੱਚ ਲੱਗੀ ਉਹ ਬੱਜਿਆ ਭਾਈ ਉਹ ਬਾਈ ਐਕਸੀਡੈਂਟ ਨਾ ਕਰ ਲੋਟਸ ਦਾ ਕਾਮਰੇ ਪਾਸ ਨਾ ਹਰਬਲ ਵਾਲਾ ਉਹ ਵੀ ਆ ਗਈ ਚਲੋ ਲੈਮਨ ਟੀ ਬਣਾਏ ਨਹੀਂ ਨਹੀਂ ਔਰ ਕੇਸਰ ਵਾਲਾ ਕਾਹਵਾ ਕੇਸਰ ਅਭੀ ਪੀ ਕੇ ਆਏ ਕੇਸਰ ਵਾਲਾ ਬਾਅਦ ਮੇ ਪੀਏਗੇ ਵਿਊ ਤਾਂ ਘੈਂਟ ਆ ਰਿਹਾ ਬਾਈ ਪੂਰਾ ਹਾਲੇ ਦੁਆਲੇ ਪਹਾੜ ਨੇ ਅਤੇ ਵਿੱਚ ਆਪਾਂ ਬੋਟ ਸ਼ਿਕਾਰਾ ਕਰ ਰਹੇ ਹਾਂ ਪਾਣੀ ਦੇ ਵਿੱਚ ਬਾਰਡਰ ਪ੍ਰੂਫ ਵੀ ਹੈ यहाँ पे स्पोर्ट्स सेंटर से यहाँ पे आपको स्पोर्ट्स करवाएगा बाथिंग बोर्ड्स बाथिंग बोर्ड्स यहाँ पे आपको बाइक राइड्स स्केटिंग जेट राइड्स तख्ता राइड्स अलग अलग राइडिंग करवाते हैं आप वहाँ पे रुकेगा हम ऑफ करो ठीक है भाई वो कहते बाथिंग पॉइंट आ गया बाथिंग इतने सू जेट राइड स्की राइड सारा करवाएंगे उन्हें एक्टिविटीज ने जिहड़ियां लेक दे विच हुंदियां ने ਕਰਾਂਗੇ ਜ਼ਰੂਰ ਹੈ ਨਾ ਇਸਕੇ ਉੱਪਰ ਵਾਟਰ ਸਰਫਿੰਗ ਕਰਵਾਤਾ ਬਹੁਤ ਮਜ਼ਾ ਆਤਾ ਠੀਕ ਹੈ ਇਹ ਆ ਗਈ ਜੀ ਬਾਥਿੰਗ ਬੋਟ ਐਂਡ ਵਾਟਰ ਸਪੋਰਟਸ ਇੱਥੇ ਐਕਟੀਵਿਟੀਜ਼ ਕਰਾਉਂਦੇ ਨੇ ਅਲੱਗ ਅਲੱਗ ਇਹ ਦੇਖ ਲਓ ਲੇਕ ਦੇ ਵਿੱਚ ਹੀ ਸਾਰਾ ਕੁਝ ਕੀਤਾ ਹੋਇਆ ਇੰਤਜ਼ਾਮ ਇਹਨਾਂ ਨੇ ਖੁਦ ਚਲਾ ਸਕਦੇ ਹਾਂ ਯਹਾਂ ਸੇ ਨਿਕਲਨੇ ਕੇ ਬਾਅਦ ਅੱਛਾ ਲੱਗਦਾ ਹੈ ਜੋ ਕਿ ਮੈਂ ਡੁੱਬਾਂ ਠੀਕ ਹੈ ਅੱਛਾ ਕਿਤਨਾ ਟਾਈਮ ਚਲਾ ਸਕਦੇ ਹਾਂ ਇਸਮੇ ਇੱਕ ਰਾਉਂਡ ਕਾ ਹੈ ਇਸਮੇ ਟਾਈਮ ਨਹੀਂ ਹੈ ਇੱਕ ਰਾਉਂਡ ਟਾਈਮ ਕਾ ਕੋਈ ਇਸ਼ੂ ਨਹੀਂ ਔਰ ਉਹ ਜੋ ਹੈ ਨਾ ਉਹ ਬੋਟ ਉਧਰ ਉਸਕੇ ਆ ਗਿਆ ਜਾਤਾ ਹੈ ਬੜਾ ਰਾਉਂਡ ਹੈ ਇਸਕਾ ਜੈਟ ਸਕੀਂਗ ਕੇ ਬੋਲਤੇ ਹੈ ਇਸਕੋ ਜੈਟ ਸਕੀਂਗ ਜੈਟ ਸਕੀਂਗ ਕਿਤਨਾ ਚਾਰਜਸ ਹੈ ਇਸਕਾ 1200 ਹੈ 1500 ਹੈ ਇੱਕ ਰਾਉਂਡ ਕਾ ਜੀ ਕਿਤਨੇ ਟਾਈਮ ਕਾ ਹੁੰਦਾ ਹੈ ਇਹ ਨਹੀਂ ਪਤਾ ਟਾਈਮ ਨਹੀਂ ਹੁੰਦਾ ਇਸਕਾ ਆ ਭਾਈ ਮੋਟਰ ਬੋਟ ਆ ਗਈ ਇਦਾਂ ਦੀ ਆਪਾਂ ਰਾਈਡਸ ਕਰ ਸਕਦੇ ਹਾਂ ਬੋਟ ਤੋਂ ਲੈ ਕੇ ਪਰ ਆਪਾਂ ਨਹੀਂ ਕਰਨੀ ਹੈ ਪਰ ਆਪਾਂ ਨਹੀਂ ਕਰਨੀ ਬਹੁਤ ਮਜ਼ਾ ਡਰ ਲੱਗਦਾ ਆਪਾਂ ਨਹੀਂ ਕਰਨੀ ਹੈਗੀ ਨਾ ਵੀ ਨਾ ਆਹੀ ਕਰਾਂਗੇ ਬਸ ਜਿਹੜੀ ਚ ਕਰ ਰਾਈਡ ਬੈਠੇ ਆਰਾਮ ਨਾਲ ਇੱਥੇ ਨਹੀਂ ਬੀ ਐਮ ਸੇ ਕਮ ਨਹੀਂ 1000 ਸੇ ਕਮ ਨਹੀਂ ਡਰਦਾ ਕਿਉਂ ਬਾਈ ਹੁਣ ਆਪਾਂ ਬਾਥਿੰਗ ਬੋਰਡ ਤੇ ਆਏ ਆ ਇੱਥੇ ਜੇ ਕੋਈ ਐਕਟੀਵਿਟੀ ਕਰਨੀ ਹੈ ਤਾਂ ਉਹ ਕਰ ਸਕਦੇ ਆਪਾਂ ਅੱਛਾ ਜੈਟ ਸਕੀਂਗ ਖੜੀ ਆ ਪਰਸਨਲੀ ਵੀ ਆਪਾਂ ਆਪ ਚਲਾ ਸਕਦੇ ਆ ਉਹ ਇਧਰ ਨੂੰ ਬੈਠ ਜਾ ਰਿਹਾ ਟਿੱਡੀ ਜਾਂਦੀ ਆ ਲੈ ਵੀ ਆਪਾਂ ਵੀ ਫਰੰਟ ਸੀਟ ਤੇ ਆ ਕੇ ਬਹਿ ਗਏ ਹੁਣ ਬੋਰਡ ਦੀ ਉਹਨਾਂ ਨੇ ਆ ਰਿਹਾ ਫਿਰ ਆਹ ਪੂਰਾ ਸਿਰੇ ਤੇ ਬੈਠੇ ਹੁਣ ਜਾਵਾਂ ਬੋਰਡ ਤੇ ਆਹ ਲਾਸਟ ਪੁਆਇੰਟ ਆ ਬੋਰਡ ਦਾ ਉਧਰ ਸਾਹਮਣੇ ਬਾਈ ਕਬੂਤਰਖਾਨਾ ਪੁਆਇੰਟ ਆਇਆ ਸੀ ਇੱਕ ਹਾਊਸ ਬੋਟ ਇਹ ਹਾਊਸ ਬੋਟਸ ਆ ਗਈਆਂ ਜਿੱਥੇ ਆਪਾਂ ਨਾਈਟ ਸਟੇ ਕਰ ਸਕਦੇ ਹਾਂ ਪਾਣੀ ਦੇ ਵਿੱਚ ਬਾਈ ਆਹ ਜਿਹੜੇ ਪੰਛੀ ਨੇ ਨਾ ਇਹ ਬਾਹਰੋਂ ਆਉਂਦੇ ਨੇ ਵਿਦੇਸ਼ੀ ਇਹ ਵਿਦੇਸ਼ੀ ਬੱਤਖਾਂ ਨੇ ਬੱਤਖਾਂ ਕਬੂਤਰ ਨਿਕਲ ਗਿਆ ਪਤਾ ਸਾਰੀਆਂ ਵਿਦੇਸ਼ੀ ਬੱਤਖਾਂ ਆਈਆਂ ਨੇ ਬਾਹਰੋਂ ਦੇਖ ਲਓ ਬਾਹਰੋਂ ਇੱਥੇ ਇੰਡੀਆ 'ਚ ਆ ਗਈਆਂ ਭਈਆ ਹਾਊਸ ਬੋਟਸ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਪਾਣੀ ਦੇ ਵਿੱਚ ਸਾਰੇ ਰੂਮ ਬਣੇ ਹੋਏ ਨੇ ਪ੍ਰੋਪਰ ਇਹਦੇ ਵਿੱਚ ਬਾਈ ਇੱਥੇ ਨਾਈਟ ਸਟੇ ਦਾ ਕਿਆ ਚਾਰਜਿਸ ਹੈ 5000 6000 8000 ਜੈਸੇ ਲੇ ਲੇਗਾ ਠੀਕ ਹੈ
5000 6000 ਤੋਂ ਲੈ ਕੇ ਵੱਧ ਤੋਂ ਵੱਧ ਜਿੰਨਾ ਮਰਜ਼ੀ ਰਿਲੈਕਸ ਕਰ ਬਾਈ। ਉਹ ਸਾਹਮਣੇ ਬੋਟ ਆ ਨਾ ਜਿਹੜੀ, ਇੱਥੇ ਵਿੱਚ ਮਿਸ਼ਨ ਕਸ਼ਮੀਰ ਇਹਦੀ ਸ਼ੂਟਿੰਗ ਹੋਈ ਆ ਸਾਰੀ। ਜਾ ਲੰਘ ਜਾ, ਇੱਥੇ ਜਿਹੜਾ ਇੱਕ ਬੋਟ ਵਾਲਾ ਸੀਨ ਆਉਂਦਾ ਨਾ ਲੜਾਈ ਜਿਹੀ ਵਾਲਾ, ਉਹ ਇੱਥੇ ਸ਼ੂਟ ਹੋਇਆ ਹੋਇਆ ਸਾਰਾ। ਇੱਕ ਫੋਟੋ ਖਿੱਚ ਕੇ ਦਮਨ ਲੱਤਾਂ ਉਹ ਸਾਹਮਣੇ ਗੁਲਮਰਗ ਦੀਆਂ ਪਹਾੜੀਆਂ ਨੇ ਜਿੱਥੇ ਬਰਫ਼ ਦਿਖਦੀ ਆ। ਇੱਧਰ ਸਾਹਮਣੇ ਨਾ ਟਿਊਲਿਪ ਗਾਰਡਨ ਆ, ਟਿਊਲਿਪ ਫਲਾਵਰ ਇੱਥੇ ਸਾਰੇ ਲੱਗੇ ਹੋਏ ਨੇ। ਆਹ ਗਾਰਡਨ ਬਣਿਆ ਹੋਇਆ, ਉਹ ਦੇਖੋ ਕਿੰਨਾ ਸੋਹਣਾ, ਛੋਟਾ ਛੋਟੇ ਵਾਲਾ ਟਿਊਲਿਪ, ਛੋਟੇ ਵਾਲੇ ਵੀ ਇਹ ਹੋਮ ਹੋਮ ਗਾਰਡਨ ਨੇ ਇਨਕਾ, ਹੋਮ ਗਾਰਡਨ ਹੈ ਇਹ। ਇੱਧਰ ਸਾਹਮਣੇ ਜਿਹੜੀ ਹਾਊਸ ਬੋਟ, ਹਾਊਸ ਬੋਟ ਦੇ ਉੱਤੇ ਹੋ ਗਈਆਂ ਭਾਈ ਥੋੜੀਆਂ ਰੀਲ ਸ਼ੂਟ ਹੋ ਗਈਆਂ। ਉਹ ਬਾਈ ਰਹਿੰਦਾ ਹੁਣ, ਬਾਈ ਤੂੰ ਜਾਇਆ ਬਾਈ, ਮੇਰੀ ਗੱਲ ਸੁਣ ਪਾਪ। ਆ ਬਾਈ ਨੇ ਸ਼ੌਪ 'ਤੇ ਲਿਆ ਕੇ ਰੋਕਤੀ, ਕਹਿੰਦਾ ਚਾਹ ਚੋ ਪੀਣੀ ਆ ਪੀ ਲਓ। ਇੱਥੇ ਲੇਕ ਦੇ ਵਿੱਚ ਮਾਰਕੀਟ ਬਣੀ ਹੋਈ ਆ ਸਾਰੀ, ਚਾਹ ਕੌਫੀ ਤਾਂ ਯਾਰ ਕੁਛ ਪੀਣੀ ਨਹੀਂ, ਭੁੱਖ ਤਾਂ ਹੈ ਨਹੀਂ। ਵੀ ਇਕੱਲੇ ਇਕੱਲੇ ਸਮਾਨ ਵਾਲਾ ਬੰਦਾ ਇੱਥੇ ਆਪਣੀ ਮਾਰਕੀਟ ਕਰਨ ਆਉਂਦਾ, ਦੇਖ ਸਾਰਾ ਕੁਛ ਵੇਚਣ ਆਉਂਦੇ ਨੇ ਉਰੇ। ਤੁਰਦਾ ਫਿਰਦਾ ਬਾਜ਼ਾਰ ਹੈ, ਚੱਲਦਾ ਟਾਇਰ ਦਾ ਬਾਜ਼ਾਰ ਹੈ, ਟਾਇਰ ਦਾ। ਇਹਦੀ ਘੱਟੋ ਘੱਟ 100 ਤੋਂ ਉੱਪਰ ਫੋਟੋ ਹੋਣੀਆਂ। ਅਜੇ ਤਾਂ ਸ਼ਿਕਾਰਾ ਰਾਈਡ ਆਪਣੀ ਹੋ ਗਈ ਖਤਮ, ਘੱਟੋ ਘੱਟ ਘੰਟਾ ਸਵਾ ਘੰਟਾ ਲਾਤਾ ਇਹਨਾਂ ਨੇ, ਪੂਰੀ ਆਪਾਂ ਨੂੰ ਡੱਲ ਲੇਕ ਘੁਮਾਤੀ ਤੇ ਹੁਣ ਆਪਾਂ ਸਾਰੇ ਫੋਟੋ ਖਿਚਾਉਂਦੇ ਹਾਂ। ਆ ਗਿਆ ਇਹਨਾਂ ਦਾ ਪੁਆਇੰਟ ਜਿੱਥੇ ਹੁਣ ਇਹਨਾਂ ਨੇ ਬੰਨ ਲੈਣੀ ਬਸ ਕਿਸ਼ਤੀ। ਆ ਗਿਆ ਜੀ, ਲੈ ਬਈ ਹੁਣ ਆਪਾਂ ਉਤਰਨ ਲੱਗੇ ਹਾਂ ਬੋਟ ਤੋਂ। ਇਹ ਵੀ ਪੂਰੀ ਨਵਾਂ ਐਕਸਪੀਰੀਅੰਸ ਕਰ ਲਿਆ ਅੱਜ ਆਪਾਂ ਸ਼ਿਕਾਰਾ ਰਾਈਡ ਵਾਲਾ। ਆ ਸਾਰੀਆਂ ਲੱਗੀਆਂ ਹੋਈਆਂ ਨੇ, ਵਧੀਆ ਸੀ ਯਾਰ, ਫਸਟ ਟਾਈਮ ਐਕਸਪੀਰੀਅੰਸ ਬਹੁਤ ਵਧੀਆ ਸੀਗਾ। ਹਾਂ ਬਈ ਆਪਣਾ ਆਪਣਾ ਐਕਸਪੀਰੀਅੰਸ ਦੇਵੋ ਫਿਰ। ਵਧੀਆ ਲੱਗੀ, ਥੋੜਾ ਸੌਦਾ ਹੋਇਆ ਕਿ ਨਹੀਂ ਉੱਥੇ? ਹਾਂ ਬਈ ਕਿਵੇਂ ਲੱਗੀ? ਬਹੁਤ ਵਧੀਆ ਬਾਈ, ਬਹੁਤ ਘੁਮਾਤਾ ਬਾਈ, ਵਧੀਆ ਸੀਗਾ, ਵਧੀਆ ਸੀਗਾ ਬਾਈ। ਇਹਨੇ ਪੂਰਾ ਟਿਕਾ ਕੇ ਜੇ ਘੁਮਾਇਆ ਨਾ। ਆਹ ਰਾਈਡ ਸੀਗੀ ਆਪਣੀ ਕਰਮਾ ਡੀਲਕਸ, ਕਰਮਾ ਵਾਲੀ ਸੀਗੀ ਇਹ, ਅਸੀਂ ਬੈਠ ਗਏ ਇਹ 'ਚ। ਠੀਕ ਆ ਬਾਈ, ਥੈਂਕ ਯੂ। ਲਓ ਵੀ ਕਰ ਦਿਓ ਪੇਮੈਂਟ ਬਾਈ ਨੂੰ, ਆਪਾਂ ਵੀ ਚੱਲੀਏ ਹੁਣ ਆਪਾਂ ਅਗਲੇ ਸਫ਼ਰ 'ਤੇ। ਲੈ ਬਾਈ ਹੁਣ ਆਪਾਂ ਸ਼੍ਰੀਨਗਰ ਡੱਲ ਲੇਕ ਦੇ ਮੂਹਰੇ ਗੋਲ ਗੱਪੇ ਖਾਣ ਲੱਗੇ ਖੜ ਕੇ। ਲੈ ਬਾਈ ਸਵਾਦ ਜਿਹਾ ਬਣਾ ਦੀ ਬਾਈ, ਮਿਕਸ ਜਿਹਾ ਰੱਖੀ ਪਾਣੀ। ਲਓ ਜੀ ਡੱਲ ਲੇਕ ਅਤੇ ਸ਼ਿਕਾਰਾ ਰਾਈਡ ਵਾਲਾ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਆਈ ਹੋਪ ਕਿ ਤੁਹਾਨੂੰ ਇਹ ਸਾਰੀ ਰਾਈਡ ਵਧੀਆ ਲੱਗੀ ਹੋਊ, ਅਤੇ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਤੁਹਾਡੇ ਲਾਈਕ ਨਾਲ ਹੀ ਆਪਾਂ ਨੂੰ ਪਿਆਰ ਮਿਲਦਾ ਅਤੇ ਆਪਾਂ ਨੂੰ ਥੋੜ੍ਹਾ ਹੌਸਲਾ ਮਿਲਦਾ ਹੋਰ ਵੀਡੀਓ ਬਣਾਉਣ ਦਾ। ਅਤੇ ਮਿਲਦੇ ਤੁਹਾਨੂੰ ਇੱਦਾਂ ਹੀ ਨਵੀਂ ਵੀਡੀਓ ਵਿੱਚ। ਟਿਲ ਦੈਨ ਬਾਏ ਬਾਏ, ਟੇਕ ਕੇਅਰ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।